ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਿਸਿਜ਼ ਸਮ੍ਰਿਤੀ ਓਬਰਾਏ, ਮਿਸਿਜ਼ ਪੰਜਾਬ 2017, ਔਰ ਤੁਸੀਂ ਦੇਖ ਰਹੇ ਹੋ ਮਿਸਿਜ਼ ਪੰਜਾਬ 2018 ਦਾ ਗ੍ਰੈਂਡ ਫਿਨਾਲੇ ਆ ਰਿਹਾ ਰੈਡੀਸਨ ਬਲੂ ਲੁਧਿਆਣਾ ਦੇ ਵਿੱਚ। ਔਰ ਦੱਸਣਾ ਚਾਹੂੰਗੀ ਕਿ ਮੈਂ ਤਾਂ ਤਿਆਰ ਹੋ ਚੁੱਕੀ ਹਾਂ, ਬਟ ਸਾਡੇ ਪਾਰਟੀਸਪੈਂਟਸ ਹਲੇ ਅੰਦਰ ਰੈਡੀ ਹੋ ਰਹੇ ਨੇ। ਬਹੁਤ ਸਾਰਾ ਐਕਸਾਈਟਮੈਂਟ ਵੀ ਹੈ, ਨਰਵਸਨੈਸ ਵੀ ਹੈ, ਕਿਉਂਕਿ ਅੱਜ ਉਹਨਾਂ ਦਾ ਬਹੁਤ ਵੱਡਾ ਦਿਨ ਹੈ, ਜੋ ਕਿ ਪਿਛਲੇ 2 ਤੋਂ ਲੈ ਕੇ 3 ਮਹੀਨਿਆਂ ਤੋਂ ਵੇਟ ਕਰ ਰਹੇ ਸੀਗੇ, ਔਰ ਈਵਨ ਅਸੀਂ ਵੀ ਵੇਟ ਕਰ ਰਹੇ ਸੀਗੇ ਕਿ ਆਹ ਦਿਨ ਗ੍ਰੈਂਡ ਫਿਨਾਲੇ, ਕਿਉਂਕਿ ਅਸੀਂ 3 ਮਹੀਨੇ ਦੀ ਸਾਡੀ ਇੱਕ ਜਰਨੀ ਹੈ, ਅਸੀਂ ਆਡੀਸ਼ਨਸ ਲਏ, ਸੈਮੀਫਾਈਨਲਸ ਕਰਵਾਇਆ, ਔਰ ਅੱਜ ਅਸੀਂ ਕਰਵਾਉਣ ਜਾ ਰਹੇ ਹਾਂ ਗ੍ਰੈਂਡ ਫਿਨਾਲੇ, ਜੋ ਕਿ ਇੱਕ ਬਹੁਤ ਹੀ ਗ੍ਰੈਂਡ ਸ਼ੋਅ ਹੋਣ ਜਾ ਰਿਹਾ ਲੁਧਿਆਣਾ ਦੇ ਵਿੱਚ। ਔਰ ਮੈਂ ਕਹਿਣਾ ਚਾਹੁੰਦੀ ਹਾਂ ਕਿ 9 to 9 ਐਂਟਰਟੇਨਮੈਂਟ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਜਿਵੇਂ ਕਿ ਤੁਸੀਂ ਦੇਖਿਆ ਮੈਂ ਹਰ ਰੋਜ਼ ਲਾਈਵ ਆਈ ਸੀਗੀ, ਗਰੂਮਿੰਗ ਸੈਸ਼ਨਸ ਹੋਏ ਨੇ, ਸਾਡੇ ਪਾਰਟੀਸਪੈਂਟਸ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ, ਬਹੁਤ ਕੁਛ ਸਿੱਖਿਆ ਇੱਥੋਂ। ਸਭ ਤੋਂ ਪਹਿਲਾਂ ਗਰੂਮਿੰਗ ਡੇ ਸੀਗਾ, ਯੋਗਾ ਹੋਇਆ, ਮੈਡੀਟੇਸ਼ਨ ਹੋਇਆ, ਡਾਈਟੀਸ਼ਨ ਆਏ, ਮੇਕਅਪ ਆਰਟਿਸਟ ਆਏ, ਔਰ ਬਹੁਤ ਸਾਰੇ ਇਹਨਾਂ ਨੂੰ ਟਿਪਸ ਮਿਲੇ ਗੌਰਵ ਨਾਗਪਾਲ ਜੀ ਵੱਲੋਂ। ਕੱਲ੍ਹ ਅਸੀਂ ਪੈਡਲਰਸ ਦੇ ਵਿੱਚ ਇਹਨਾਂ ਦੀ ਪਾਰਟੀ ਕਰਵਾਈ ਔਰ ਬਹੁਤ ਜ਼ਿਆਦਾ ਇੰਜੋਏ ਕਰਵਾਇਆ। ਗਰਲਸ ਆਪਣੇ ਹਸਬੈਂਡਸ ਨੂੰ ਮੈਸੇਜ ਦੇ ਰਹੀਆਂ ਸੀਗੀਆਂ ਕਿ ਅਸੀਂ ਹੁਣ ਤੁਹਾਡੇ ਤੋਂ ਬਿਨਾਂ ਵੀ ਬਹੁਤ ਸਾਰਾ ਇੰਜੋਏ ਅਸੀਂ ਮਿਸਿਜ਼ ਪੰਜਾਬ 'ਚ ਆ ਕੇ ਕਰ ਲਿਆ। ਔਰ ਇਸ ਸਾਰੀ ਚੀਜ਼ਾਂ ਦਾ ਕ੍ਰੈਡਿਟ ਜਾਂਦਾ ਸਿਰਫ ਇੱਕ ਹੀ ਇਨਸਾਨ ਨੂੰ, ਉਹ ਕਿਹਨਾਂ ਨੂੰ ਜਾਂਦਾ? ਸਰਦਾਰ ਪਰਮਿੰਦਰ ਸਿੰਘ ਜੀ ਨੂੰ, ਜਿਨ੍ਹਾਂ ਨੇ ਇਸ ਸ਼ੋਅ ਨੂੰ ਬਹੁਤ ਹੀ ਜ਼ਿਆਦਾ ਇਸ ਵਾਰ ਇਸਦਾ ਸ਼ੋਅ ਦਾ ਜੋ ਲੈਵਲ ਹੈ ਬਹੁਤ ਹੀ ਜ਼ਿਆਦਾ ਇੱਕ ਵੱਡੇ ਲੈਵਲ 'ਤੇ ਪਹੁੰਚਾ ਦਿੱਤਾ। ਔਰ ਤੁਸੀਂ ਦੇਖੋ ਕਿ ਅੱਜ ਮੈਨੂੰ ਜੋ ਮਿਸਿਜ਼ ਪੰਜਾਬ 2017 ਨੂੰ ਕਿੰਨਾ ਅੱਛਾ ਫੀਲ ਕਰਵਾਇਆ ਜਾ ਰਿਹਾ, ਬਹੁਤ ਹੀ ਅੱਛੀ ਮੈਨੂੰ ਡਰੈਸ ਪ੍ਰੋਵਾਈਡ ਕਰਵਾਈ ਗਈ ਹੈ, ਜੋ ਕਿ ਹੈ ਸਾਡੇ ਸਪੋਂਸਰ ਸਿੰਮੀ ਡਿਜ਼ਾਈਨਰ ਸਟੂਡੀਓ ਵੱਲੋਂ, ਔਰ ਉਹ ਸਾਡੇ ਪਾਰਟੀਸਪੈਂਟਸ ਨੂੰ ਵੀ ਡਰੈਸਿਸ ਸਪੋਂਸਰ ਕਰ ਰਹੇ ਨੇ। ਔਰ ਮੈਂ ਬਹੁਤ ਹੀ ਜ਼ਿਆਦਾ ਲੱਕੀ ਫੀਲ ਕਰ ਰਹੀ ਹਾਂ, ਕਿਉਂਕਿ ਇਸ ਤਰ੍ਹਾਂ ਦੀ ਡਰੈਸ ਵੇਅਰ ਕਰਨਾ ਹਰ ਇੱਕ ਲੜਕੀ ਦਾ ਇੱਕ ਡ੍ਰੀਮ ਹੁੰਦਾ, ਜੋ ਮਿਸਿਜ਼ ਪੰਜਾਬ ਦੀ ਟੀਮ ਔਰ ਪਰਮਿੰਦਰ ਸਰ ਔਰ 9 to 9 ਐਂਟਰਟੇਨਮੈਂਟ ਨੇ ਮੇਰਾ ਪੂਰਾ ਕੀਤਾ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ, ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾਉਣਾ, ਅਤੇ ਜਿਨ੍ਹਾਂ ਨੇ ਇਸ ਸਾਲ ਮਿਸਿਜ਼ ਪੰਜਾਬ ਨੂੰ ਮਿਸ ਕੀਤਾ, ਪਾਰਟੀਸਪੇਟ ਨਹੀਂ ਕੀਤਾ ਕਿਸੇ ਕਾਰਨ, ਅਗਲੇ ਸਾਲ ਇਸ ਨੂੰ ਮਿਸ ਨਾ ਕਰਨਾ। ਤੁਸੀਂ ਇੱਕ ਸਾਲ ਤੁਹਾਡੇ ਕੋਲ ਹੈਗਾ, ਆਪਣੀ ਤਿਆਰੀਆਂ ਕਰੋ, ਕਿਉਂਕਿ ਅਸੀਂ ਤਾਂ ਹਰ ਸਾਲ ਹੀ ਮਿਸਿਜ਼ ਪੰਜਾਬ ਲੈ ਕੇ ਆਵਾਂਗੇ, ਔਰ ਹਰ ਸਾਲ ਸਾਡੀ ਵੱਲੋਂ ਕੋਸ਼ਿਸ਼ ਹੋਏਗੀ ਕਿ ਪਿਛਲੇ ਸਾਲ ਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਕਰੀਏ। ਔਰ ਅਸੀਂ ਬਹੁਤ ਵੱਡਾ ਥੈਂਕਸ ਕਰਦੇ ਹਾਂ ਪ੍ਰਾਜਿਤਾ ਸ਼ਰਮਾ ਮੈਮ ਨੂੰ ਕਿ ਉਹਨਾਂ ਨੇ ਸਾਡੇ, ਤੁਸੀਂ ਅੱਜ ਦੇਖੋਗੇ ਸਾਡੇ ਪਾਰਟੀਸਪੈਂਟਸ ਨੂੰ ਕੈਟਵਾਕ ਦੀ ਮਤਲਬ ਟ੍ਰੇਨਿੰਗ ਦਿੱਤੀ, ਔਰ ਬਹੁਤ ਹੀ ਜ਼ਿਆਦਾ ਮਤਲਬ ਮੈਂ ਦੇਖੋ, ਮੈਂ ਵੈਸੇ ਦੇਖਿਆ ਨਹੀਂ ਸੀਗਾ ਮੈਮ ਨੂੰ, ਮੈਂ ਨਾਮ ਹੀ ਲਿਆ ਤਾਂ ਮੈਮ ਉਸੇ ਵੇਲੇ ਆ ਗਏ, ਤਾਂ ਮੈਂ ਚਾਹੂੰਗੀ ਕਿ ਜਦੋਂ ਤਿਆਰ ਹੋ ਜਾਣ ਉਹਨਾਂ ਨਾਲ ਗੱਲਬਾਤ ਮੈਂ ਜ਼ਰੂਰ ਕਰਵਾਵਾਂ ਤੁਹਾਡੀ। ਤਾਂ ਬਹੁਤ ਹੀ ਵਧੀਆ ਇੱਕ ਉਪਰਾਲਾ ਪੂਰੀ ਟੀਮ ਵੱਲੋਂ ਕੀਤਾ ਗਿਆ, ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਦੁਬਾਰਾ ਅੰਦਰ ਜਾ ਕੇ ਵੀ ਜੇ ਮੈਂ ਲਾਈਵ ਹੋ ਪਾਈ ਪਾਰਟੀਸਪੈਂਟਸ ਨਾਲ ਮਿਲਵਾ ਪਾਈ ਤਾਂ ਜ਼ਰੂਰ ਮਿਲਵਾਉਂਗੀ ਓਨੀ ਦੇਰ ਲਈ। ਸਤਿ ਸ਼੍ਰੀ ਅਕਾਲ, ਰੱਬ ਰਾਖਾ, ਥੈਂਕ ਯੂ ਸੋ ਮਚ। ਗੁੱਡ ਈਵਨਿੰਗ, ਵੈਰੀ ਵਾਰਮ ਗੁੱਡ ਈਵਨਿੰਗ ਟੂ ਆਲ ਆਫ ਯੂ। ਅੱਜ 23 ਸਤੰਬਰ ਬਹੁਤ ਹੀ ਹਿਸਟੋਰਿਕ ਦਿਨ, ਮਿਸਿਜ਼ ਪੰਜਾਬ 2018 ਦਾ ਫਿਨਾਲੇ, 9 to 9 ਐਂਟਰਟੇਨਮੈਂਟ ਅਤੇ ਵਿਨੈ ਜੋਸ਼ੀ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ, ਖੁਸ਼ਾਮਦੀਦ, ਵਾਰਮ ਵੈਲਕਮ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਿਸਿਜ਼ ਪੰਜਾਬ ਇੱਕ ਮਿਸ਼ਨ, ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਵਾਲਾ ਇੱਕ ਬਹੁਤ ਹੀ ਪਿਆਰਾ ਜਿਹਾ ਸ਼ੋਅ, ਜਿਸ ਨੂੰ ਨਵਾਜ਼ਿਆ ਹੈ ਇਹਨਾਂ ਅੱਜ 34 ਖੂਬਸੂਰਤ ਫਾਈਨਲਿਸਟ ਨੇ, ਜਿਨ੍ਹਾਂ ਦੇ ਹੁਨਰ ਦੇ ਜਲਵੇ ਅੱਜ ਇਸ ਰੈਂਪ 'ਤੇ ਤੁਸੀਂ ਸਾਰੇ ਵੇਖੋਗੇ। ਸੋ ਜੇ ਮੈਂ ਵੇਖਾਂ ਆਪਣੇ ਪੱਲੇ, ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਵੇਖਾਂ ਆਪਣੇ ਵੱਲੇ, ਕੁਝ ਨਹੀਂ ਮੇਰੇ ਪੱਲੇ, ਜੇ ਮੈਂ ਵੇਖਾਂ ਰਹਿਮਤ ਤੇਰੀ, ਬੱਲੇ ਬੱਲੇ ਬੱਲੇ। ਸੋ ਜ਼ੋਰਦਾਰ ਤਾਲੀਆਂ ਮਿਸਿਜ਼ ਪੰਜਾਬ 2018 9 to 9 ਐਂਟਰਟੇਨਮੈਂਟ। ਸੋ ਅੱਜ ਦੀ ਇਸ ਹਸੀਨ ਸ਼ਾਮ ਦੇ ਵਿੱਚ ਬਹੁਤ ਖੂਬਸੂਰਤ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਇਆ ਜਾਏਗਾ, ਅਤੇ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੀ ਬਹੁਤ ਹੀ ਪਿਆਰੀ ਸ਼ਖਸੀਅਤ ਹਰਪ੍ਰੀਤ ਮੈਮ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜਿਨ੍ਹਾਂ ਦੇ ਸਦਕਾ ਇਹ ਸਾਰਾ ਜਿਹੜਾ ਵਿਹੜਾ ਸੱਜਿਆ ਹੈ। ਹਰਪ੍ਰੀਤ ਮੈਮ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ, ਪਲੀਜ਼ ਜੁਆਇਨ ਕਰੋ ਮੰਚ 'ਤੇ। ਅਤੇ ਦੋਸਤੋ,
ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅੱਜ ਇਸ ਵਿਹੜੇ ਦਾ ਜਿਹੜਾ ਸ਼ਿੰਗਾਰ ਬਣੇ ਨੇ ਬਹੁਤ ਹੀ ਖੂਬਸੂਰਤ ਚਿਹਰੇ ਬਣੇ ਨੇ ਅਤੇ ਅੱਜ ਦੀ ਇਸ ਹਸੀਨ ਸ਼ਾਮ ਨੂੰ ਹੋਰ ਰੌਣਕਮਈ ਬਣਾਉਣ ਲਈ ਚਾਰ ਚੰਨ ਲਾਉਣ ਲਈ ਸਾਡੇ ਪੰਜਾਬ ਦੀ ਬਹੁਤ ਹੀ ਇੱਕ ਵੱਡੀ ਸ਼ਖਸੀਅਤ ਉੱਘੀ ਸ਼ਖਸੀਅਤ ਜਿਹੜੀ ਕਿ ਕਿਸੇ ਪਰਿਚੇ ਦੀ ਮੁਹਤਾਜ਼ ਨਹੀਂ ਹੈ ਤੁਹਾਡੀਆਂ ਸਾਰਿਆਂ ਦੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਮੈਂ ਮੰਚ 'ਤੇ ਉਹਨਾਂ ਨੂੰ ਸੱਦਾ ਦਿਆਂਗਾ ਮੈਂ ਕਹੂੰਗਾ ਕਿ ਹਰਪ੍ਰੀਤ ਭਾਬੀ ਜੀ ਪਲੀਜ਼ ਆਪਣੇ ਅੰਦਾਜ਼ ਦੇ ਨਾਲ ਉਹਨਾਂ ਨੂੰ ਰੂਬਰੂ ਕਰਾਉਣ ਇਸ ਮੰਚ 'ਤੇ ਥੈਂਕ ਯੂ ਸੋ ਮੱਚ ਵਿਨੇ ਜੀ ਪਹਿਲਾਂ ਤਾਂ ਸਾਰੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਬਹੁਤ 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 ਵੈਲਕਮ ਹੈ ਜੀ ਆਇਆਂ ਨੂੰ ਕਿ ਤੁਸੀਂ ਅੱਜ ਇੰਨੇ ਆਪਣੇ ਪ੍ਰੀਸ਼ੀਅਸ ਟਾਈਮ ਵਿੱਚੋਂ ਟਾਈਮ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਆਏ ਹੋ ਪਿਛਲੇ ਕਾਫੀ ਮਹੀਨਿਆਂ ਤੋਂ ਚੱਲ ਰਹੀ ਸਾਡੀ ਆਡੀਸ਼ਨਸ ਔਰ ਇੰਨੀ ਅਣਥੱਕ ਮਿਹਨਤ ਦਾ ਨਤੀਜਾ ਅੱਜ ਨਿਕਲਣ ਜਾ ਰਿਹਾ ਅੱਜ ਆਪਣਾ ਫਾਈਨਲ ਹੈ ਮਿਸਿਸ ਪੰਜਾਬ 2018 ਉਹਦੇ ਲਈ ਅੱਜ ਆਪਾਂ ਸਾਰੇ ਇਕੱਤਰਿਤ ਹੋਏ ਹਾਂ ਔਰ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਔਰ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਨਾ ਚਾਹੂੰਗੀ ਮੈਡਮ ਬਲਜੀਤ ਜੋਹਲ ਜੀ ਜੋ ਕਿ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਨੇ ਮੈਡਮ ਬਲਜੀਤ ਕੌਰ ਬਲਜੀਤ ਜੋਹਲ ਜੀ ਅਤੇ ਦੋਸਤੋ ਜ਼ੋਰਦਾਰ ਤਾਲੀਆਂ ਦੇ ਨਾਲ ਮੈਂ ਆਪਣਾ ਦਿਲ ਪੇਸ਼ ਕਰਾਂ ਕਿ ਆਪਣੀ ਜਾਂ ਪੇਸ਼ ਕਰਾਂ ਮੈਂ ਆਪਣਾ ਦਿਲ ਪੇਸ਼ ਕਰਾਂ ਕਿ ਆਪਣੀ ਜਾਂ ਪੇਸ਼ ਕਰਾਂ ਤੁਸੀਂ ਦੱਸੋ ਮੈਂ ਤੁਹਾਡੇ ਸਾਰਿਆਂ ਲਈ ਕੀ ਪੇਸ਼ ਕਰਾਂ ਕਿਉਂਕਿ ਮੇਰੇ 'ਚ ਤਾਂ ਉਹ ਅਦਾ ਨਹੀਂ ਜਿਹੜੀ ਤੁਹਾਡੇ ਸਾਰਿਆਂ ਦੇ ਦਿਲਾਂ ਨੂੰ ਲੁਭਾ ਸਕੇ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਨੂੰ ਤੁਹਾਡੀ ਹੀ ਅਦਾ ਪੇਸ਼ ਕਰਾਂ ਤੁਹਾਡੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਬਲਜੀਤ ਕੌਰ ਸ਼ੁਕਰੀਆ ਨਵਾਜ਼ਿਸ਼ ਮਿਹਰਬਾਨੀ ਬਲਜੀਤ ਜੀ ਸੋ ਪਲੀਜ਼ ਅੱਜ ਦੀ ਸ਼ਾਮ ਨੂੰ ਹੋਰ ਖੁਸ਼ਨੁਮਾ ਰੌਣਕਮਈ ਬਣਾਓਗੇ ਇਹ ਮਾਈਕ ਬਹੁਤ ਹੀ ਪਿਆਰ ਮੁਹੱਬਤ ਚਾਹਤ ਖਲੂਸ ਦੇ ਨਾਲ ਹੋਇਆ ਤੁਹਾਡਾ ਥੈਂਕ ਯੂ ਸੋ ਮੱਚ ਇਹਨਾਂ ਨੇ ਕਿਹਾ ਕਿ ਜਾਨ ਪੇਸ਼ ਕਰਾਂ ਕਿ ਅਦਾ ਕਰਾਂ ਮੇਰੇ ਹਿਸਾਬ ਨਾਲ ਦੋਵੇਂ ਹੀ ਕਰ ਦਿਓ ਅੱਜ ਕੱਲ੍ਹ ਦੋਵਾਂ ਦੀ ਲੋੜ ਪੈਂਦੀ ਹੈ ਸੋ ਥੈਂਕ ਯੂ ਸੋ ਮੱਚ ਸੋ ਥੈਂਕਸ ਅ ਲੋਟ ਕਹਤੇ ਕਿ ਹਮ ਜਿਨਕੀ ਮਹਿਫਿਲ ਮੇ ਆਏ ਹੈ ਹਮ ਜਿਨਕੀ ਮਹਿਫਿਲ ਮੇ ਆਏ ਹੈ ਫੈਜ਼ ਦਿਨ ਰਾਤ ਪਾ ਰਹੇ ਹੈ ਦੇਖਣਾ ਇਹ ਹੈ ਕਿ ਜਬ ਵੋ ਆਏਗੇ ਜਬ ਵੋ ਆਏਗੇ ਸਭ ਉਨਕੀ ਤਰਫ ਦੇਖੇਂਗੇ ਮਗਰ ਦੇਖਣਾ ਤੋ ਇਹ ਹੈ ਕਿ ਵੋ ਜਬ ਆਏਗੇ ਤੋ ਵੋ ਕਿਨਕੀ ਤਰਫ ਦੇਖੇਂਗੇ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਹੈਲੋ ਫਰੈਂਡਸ ਮੈਂ ਹਾਂ ਤੁਹਾਡੀ ਆਪਣੀ ਬਲਜੀਤ ਕੌਰ ਜੋਹਲ ਐਂਡ ਬਹੁਤ ਸਾਰੇ ਇੱਥੇ ਗੈਸਟ ਜਿਹੜੇ ਬੈਠੇ ਨੇ ਕਾਫੀ ਸਾਰੇ ਤਾਂ ਕਹਿ ਰਹੇ ਹੋਣੇ ਓਹੋ ਹੋ ਹੋ ਇਹਨਾਂ ਨੂੰ ਤਾਂ ਉਹ ਜੋਰਡਨ ਸੰਧੂ ਦੇ ਗਾਣੇ 'ਚ ਦੇਖਿਆ ਸੀ ਮੁੱਛ ਫੁੱਟ ਗਈ ਗੱਭਰੂ ਨੂੰ ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ ਸੋ ਉਹਦੇ ਵਿੱਚ ਤਾਂ ਬੜੇ ਸਿੰਪਲ ਜਿਹੇ ਲੱਗ ਰਹੇ ਸੀ ਕੁਛ ਕਹਿ ਰਹੇ ਹੋਣੇ ਜੀ ਇਹਨਾਂ ਨੂੰ ਵਰਲਡ ਕਬੱਡੀ ਲੀਗ 'ਚ ਦੇਖਿਆ ਸੀ ਓ ਮਾਈ ਗੋਡ ਕੁਛ ਕਹਿ ਰਹੇ ਹੋਣੇ ਜੀ ਸੁਰ ਸਰਤਾਜ 'ਚ ਦੇਖਿਆ ਸੀ ਔਰ ਕੁਛ ਕਹਿ ਰਹੇ ਹੋਣੇ ਕਿ ਅੱਜ ਪਹਿਲੀ ਵਾਰੀ ਦੇਖਿਆ ਕਦੀ ਦੇਖਿਆ ਨਹੀਂ ਪਹਿਲੇ ਸੋਹਣਾ ਬੋਲ ਲੈਂਦੇ ਨੇ ਸੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਕਿਉਂਕਿ ਜਦੋਂ ਤੱਕ ਆਪਾਂ ਕਿਸੇ ਦੇ ਰੂਬਰੂ ਨਾ ਹੋਈਏ ਉਦੋਂ ਤੱਕ ਸਾਨੂੰ ਪਤਾ ਹੀ ਨਹੀਂ ਚੱਲਦਾ ਕਿਸੇ ਦਾ ਕਿ ਕੋਈ ਕਿੰਨਾ ਕੁ ਟੈਲੈਂਟਡ ਹੈ ਕਿੰਨਾ ਕੁ ਖੂਬਸੂਰਤ ਹੈ ਪਰ ਮਿਸਿਸ ਪੰਜਾਬ 2018 ਦੇ ਗ੍ਰੈਂਡ ਫਿਨਾਲੇ ਦੇ ਵਿੱਚ ਮੈਂ ਇਹ ਦਾਅਵੇ ਨਾਲ ਕਹਿ ਸਕਦੀ ਹਾਂ ਕਿ 9 to 9 ਐਂਟਰਟੇਨਮੈਂਟ ਜਿਹੜੀ ਇਹ ਕੰਪਨੀ ਹੈ ਇਹਨਾਂ ਨੇ ਵਾਕਈ ਚਾਰ ਸੀਜ਼ਨ ਕੀਤੇ ਨੇ ਯਾਨੀ ਕਿ ਅੱਜ ਇਹ ਫੋਰਥ ਸੀਜ਼ਨ ਹੈ ਔਰ ਹੈਟ੍ਰਿਕ ਤੋਂ ਬਾਅਦ ਇਹ ਸੀਜ਼ਨ ਆਉਂਦਾ ਔਰ ਮੈਂ ਚਾਹਾਂਗੀ ਕਿ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਪਰਮਿੰਦਰ ਜੀ ਲਈ ਵਿਨੇ ਜੀ ਲਈ ਐਂਡ ਕਿਉਂਕਿ ਇਹਨਾਂ ਨੇ ਦੇਖੋ ਕਈ ਮਹੀਨੇ ਜਿਹੜੀ ਹੈ ਉਹ ਮਿਹਨਤ ਕੀਤੀ ਹੈ ਉਸ ਤੋਂ ਬਾਅਦ ਇਹ ਕੁਛ ਘੰਟਿਆਂ ਦਾ ਸ਼ੋਅ ਲੈ ਕੇ ਜਿਹੜਾ ਤੁਹਾਡੇ ਰੂਬਰੂ ਹੋਏ ਨੇ ਔਰ ਤੁਸੀਂ ਦੇਖ ਰਹੇ ਹੋਗੇ ਕਿ ਮੌਸਮ ਕਿੰਨਾ ਖਰਾਬ ਸੀ ਹੁਣ ਮੌਸਮ ਤਾਂ ਖਰਾਬ ਹੋਣਾ ਹੀ ਸੀ ਜਦੋਂ 40-45 ਅਪਸਰਾਵਾਂ ਇੱਥੇ ਆ ਗਈਆਂ ਅਤੇ ਜਿਹੜਾ ਅਪਸਰਾ ਲੋਕ ਦੇ ਦੇਵਤੇ ਦੇਵੀ ਸੀਗੇ ਉਹਨਾਂ ਨੂੰ ਤਾਂ ਪਰੇਸ਼ਾਨ ਹੋਣਾ ਹੀ ਸੀਗਾ ਸੋ ਇੱਕ ਵਾਰ ਜ਼ੋਰਦਾਰ ਇਹਨਾਂ ਸਾਰੀਆਂ ਸਾਡੀਆਂ ਅਪਸਰਾਵਾਂ ਲਈ ਕੰਟੈਸਟੈਂਟਸ ਲਈ ਮਿਸਿਸ ਪੰਜਾਬ ਦੇ ਇਸ ਮੰਚ 'ਤੇ ਉਹਨਾਂ ਸਾਰੀਆਂ ਕੁੜੀਆਂ ਲਈ ਤਾੜੀਆਂ ਘੱਟ ਨਹੀਂ ਮਾਰ ਰਹੇ ਤੁਸੀਂ ਤੁਹਾਡੇ ਆਪਣੇ ਕੰਟੈਸਟੈਂਟਸ ਹੋਣੇ ਨੇ ਐਂਡ ਨੈਚੁਰਲੀ ਇਸ ਦੇ ਵਿੱਚ ਮੈਂ ਇਹ ਵੀ ਜ਼ਰੂਰ ਦੱਸਣਾ ਚਾਹਾਂਗੀ ਕਿ ਇਹਦੇ ਲਈ ਆਡੀਸ਼ਨਸ ਜਿਹੜੇ ਸੀ ਉਹ ਕਾਫੀ ਅਲੱਗ ਅਲੱਗ ਸਿਟੀਜ਼ ਦੇ ਵਿੱਚ ਹੋਏ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਚੰਡੀਗੜ੍ਹ ਪਟਿਆਲਾ ਹੁਸ਼ਿਆਰਪੁਰ ਅੰਬਾਲਾ ਐਂਡ ਦਿੱਲੀ ਫਿਰ ਸੈਮੀਫਾਈਨਲ ਹੋਇਆ ਔਰ ਸੈਮੀਫਾਈਨਲ ਤੋਂ ਬਾਅਦ 36
ਫਾਈਨਲਿਸਟ ਅੱਜ ਜਿਹੜੇ ਇਸ ਮੰਚ ਤੇ ਤੁਹਾਡੇ ਰੂਬਰੂ ਹੋਣਗੇ, ਇਸ ਰੈਂਪ ਤੇ ਚੱਲਣਗੇ ਔਰ ਇਹਨੂੰ ਹੋਰ ਬਿਊਟੀਫੁਲ ਬਣਾਉਣਗੇ। ਔਰ ਸਭ ਤੋਂ ਪਹਿਲੇ ਮੈਂ ਪੁੱਛਣਾ ਚਾਹਾਂਗੀ ਕਿ ਕਿਹਦੀ ਆਈ ਮੀਨ ਮਿਸਿਸ ਪੰਜਾਬ ਦੇ ਕੰਟੈਸਟੈਂਟ ਦੇ ਵਿੱਚ ਜਿਹੜੀ ਕੁੜੀ ਮੁਟਿਆਰ ਨੇ ਚੱਲਣਾ, ਉਹਦੀ ਸਾਸੂ ਮਾਂ ਕਿੱਥੇ ਨੇ? ਕੌਣ ਕੌਣ ਸਾਸੂ ਮਾਂ ਜੀ ਆਏ ਨੇ? ਓ ਵਾਹ, ਕਿਆ ਬਾਤ ਹੈ ਜੀ! ਸੱਸ ਹੋਵੇ ਤਾਂ ਇੱਦਾਂ ਦੀ ਹੋਵੇ, ਨਹੀਂ ਤਾਂ ਨਾ ਹੋਵੇ। ਫਿਰ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਮਦਰ ਇਨ ਲਾਜ਼ ਲਈ, ਕਿਉਂਕਿ ਮਾਂ ਤਾਂ ਜਨਮ ਦਿੰਦੀ ਹੈ, ਐਕਚੁਅਲ 'ਚ ਅਸਲ ਮਾਂ ਇਹੀ ਹੁੰਦੀ ਹੈ ਜਿਹੜੀ ਪਿਆਰ ਦਿੰਦੀ ਹੈ ਔਰ ਤੁਹਾਨੂੰ ਸਪੋਰਟ ਕਰਦੀ ਹੈ। ਕਿਉਂਕਿ ਜਦੋਂ ਬੰਦਾ ਅਖੀਰਲੀ ਪੀੜ੍ਹੀ 'ਤੇ ਪਹੁੰਚਦਾ ਨਾ, ਉਦੋਂ ਕੋਈ ਨਹੀਂ ਸੇਵਾ ਕਰਦਾ, ਇਹ ਹੀ ਧੀਆਂ ਹੁੰਦੀਆਂ ਨੇ ਜਿਹੜੀਆਂ ਸੇਵਾ ਕਰਦੀਆਂ ਨੇ। ਸੋ ਇਹ ਚੀਜ਼ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ। ਖੈਰ ਐਨੀਵੇਜ਼, ਆਪਾਂ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਨੀਆਂ ਨੇ ਐਂਡ ਇਸੇ ਤਰ੍ਹਾਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਓ ਮਾਈ ਗੋਡ, ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤਾਂ ਹੈਗਾ ਹੀ ਹੈ। ਮੈਂ ਸਪੈਸ਼ਲੀ ਮੀਡੀਆ ਵਾਲਿਆਂ ਦਾ ਜਿਹੜਾ ਉਹ ਉਹਨਾਂ ਨੂੰ ਸਪੈਸ਼ਲ ਵੈਲਕਮ ਕਰਨਾ ਚਾਹੁੰਦੀ ਹਾਂ, ਕਿਉਂਕਿ ਫਾਸਟ ਵੇ 'ਤੇ ਇਹ ਪ੍ਰੋਗਰਾਮ ਸ਼ਾਇਦ ਅਸੀਂ ਲਾਈਵ ਦੇਖ ਰਹੇ ਹਾਂ, ਹੈ ਨਾ ਜੀ? ਅਤੇ ਲਾਈਵ ਦੇਖ ਰਹੇ ਹਾਂ। ਸੋ ਲਾਈਵ ਦੇਖਦੇ ਸਾਰੇ ਫਾਸਟ ਵੇ ਦੇ ਦਰਸ਼ਕਾਂ ਨੂੰ ਐਂਡ ਇਸ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਹਮੇਸ਼ਾ ਸਾਥ ਦਿੰਦੇ ਨੇ। ਅਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਮਾਰ ਦਿਓ, ਤਾਂ ਕਿ ਇਹ ਚੈਨਲ ਫਾਸਟ ਵੇ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਔਰ ਉਸ ਤੋਂ ਬਾਅਦ, ਕਿਉਂਕਿ ਇਹਨਾਂ ਨੇ ਗਰੂਮਿੰਗ ਕੀਤੀ, ਇਹਨਾਂ ਦੇ ਸੈਸ਼ਨ ਜਿਹੜੇ ਉਹ ਲੱਗੇ ਔਰ ਉਹਨਾਂ ਸੈਸ਼ਨ ਦੇ ਵਿੱਚ ਜਿਹੜੇ ਹੈ ਅੱਜ ਇਹ ਦੇਖਾਂਗੇ ਕਿ ਕਿੰਨੇ ਸਭ ਤੋਂ ਵੱਧ ਮਿਹਨਤ ਕੀਤੀ। ਸੋ ਉਸ ਤੋਂ ਪਹਿਲਾਂ ਉਸ ਰੈਂਪ 'ਤੇ ਚੱਲਣ ਲਈ, ਕਿਉਂਕਿ ਇੱਕ ਅਦਾ ਵੀ ਚਾਹੀਦੀ ਹੈ ਅਤੇ ਇਹਨਾਂ ਹੀਰਿਆਂ ਨੂੰ ਪਰਖਣ ਲਈ ਇੱਕ ਜੌਹਰੀ ਵੀ ਚਾਹੀਦਾ। ਸੋ ਇਹਨਾਂ ਹੀਰਿਆਂ ਨੂੰ ਪਰਖਣ ਲਈ ਇੱਕ ਬੜੀਆਂ ਹੀ ਖੂਬਸੂਰਤ ਗਲੈਮਰਸ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪੋਸਟਰ ਤਾਂ ਲੱਗੇ ਹੋਏ ਨੇ ਲੁਧਿਆਣੇ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇਸ ਮੰਚ 'ਤੇ ਆਈ ਥਿੰਕ ਉਹਨਾਂ ਨੇ ਵੈਲਕਮ ਕਰਨਾ ਹੈ, ਉਹਨਾਂ ਦਾ ਫਲੋਰਲ ਵੈਲਕਮ। ਪਰਮਿੰਦਰ ਜੀ ਕਿੱਥੇ ਕਰਨਾ? ਸਟੇਜ 'ਤੇ ਕਰਨਾ ਨਾ? ਹਾਂਜੀ। ਸੋ ਪਹਿਲਾਂ ਤੁਹਾਨੂੰ ਮੈਂ ਉਸ ਜੱਜ ਦੇ ਨਾਲ ਮਿਲਵਾਉਂਦੀ ਹਾਂ ਜਿਹੜੀ ਆਪਣੇ ਆਪ ਵਿੱਚ ਇੰਨੀ ਖੂਬਸੂਰਤ, ਲੰਬੀ, ਉੱਚੀ, ਸੋਹਣੀ ਮੁਟਿਆਰ ਹੈ। ਪੰਜਾਬੀ ਇੱਕ ਮੂਵੀ ਆਈ ਸੀ ਹਰਭਜਨ ਮਾਨ ਜੀ ਦੇ ਨਾਲ, ਮੈਂ ਉਦੋਂ ਤੋਂ ਉਹਨਾਂ ਦੀ ਫੈਨ ਹਾਂ। ਮਤਲਬ ਇੰਨੀ ਫਿਜ਼ੀਕ ਸਾਂਭ ਕੇ ਰੱਖੀ ਹੋਈ ਹੈ, ਇੰਨੀ ਮਿਹਨਤ ਕਰਦੇ ਨੇ ਐਂਡ ਹਿੰਦੀ ਮੂਵੀਜ਼ ਦੇ ਵਿੱਚ ਆਈਟਮ ਡਾਂਸ ਵੀ ਉਹਨਾਂ ਨੇ ਕਾਫੀ ਕੀਤੇ ਨੇ ਐਂਡ ਸ਼ੀ ਇਜ਼ ਅ ਸੱਚ ਅ ਬਿਊਟੀਫੁਲ ਡਾਂਸਰ। ਔਰ ਉਹਦੇ ਨਾਲ ਨਾਲ ਆਈ ਥਿੰਕ 2015 ਦੇ ਵਿੱਚ ਉਹਨਾਂ ਨੇ ਬਿਗ ਬੋਸ ਦੇ ਵਿੱਚ ਰਨਰ ਅਪ ਦਾ ਖਿਤਾਬ ਵੀ ਹਾਸਲ ਕੀਤਾ ਸੀ। ਜੀ ਹਾਂ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਮਹਿਕ ਚਾਹਲ, ਬਿਗ ਬੋਸ ਫਾਈਨਲਿਸਟ ਐਂਡ ਬਾਲੀਵੁੱਡ ਐਕਟ੍ਰੈਸ। ਔਰ ਉਹਨਾਂ ਦੇ ਨਾਲ ਸਾਡੇ 9 to 9 ਐਂਟਰਟੇਨਮੈਂਟ ਦੇ ਜਿਹੜੇ ਪਰਮਿੰਦਰ ਜੀ ਅਤੇ ਜਸਵਿੰਦਰ ਜੀ, ਉਹ ਵੀ ਉਹਨਾਂ ਦਾ ਸਵਾਗਤ ਕਰਨਗੇ। ਸੋ ਵੈਲਕਮ ਐਂਡ ਮਾਈਕ ਚੇਂਜ ਕਰਨਾ ਕਿਉਂ, ਕੀ ਗੱਲ? ਇਹ ਜ਼ਿਆਦਾ ਵਧੀਆ ਹੈਗਾ ਹੈ, ਮੈਨੂੰ ਲੱਗਦਾ ਉਹਨਾਂ ਨੂੰ ਲੱਗਦਾ ਵੀ ਇੱਥੇ ਬਲਜੀਤ ਜੋਹਲ ਦੀ ਆਵਾਜ਼ ਜ਼ਿਆਦਾ ਸੋਹਣੀ ਆਉਂਦੀ, ਸ਼ਾਇਦ ਦੂਜੀ 'ਚ ਖਰਾਬ ਹੋ ਜਾਵੇ। ਚਲੋ ਦੇਖਦੇ ਹਾਂ, ਇੱਕ ਟਰਾਈ ਮਾਰਦੇ। ਹੈਲੋ, ਹਾਂਜੀ, ਰੱਬ ਨੇ ਇੱਦਾਂ ਦੀ ਹੀ ਆਵਾਜ਼ ਬਣਾਈ ਹੈ ਜੀ, ਤੁਸੀਂ ਮਾਈਕ ਜਿੰਨੇ ਮਰਜ਼ੀ ਚੇਂਜ ਕਰ ਲਓ। ਅਤੇ ਨੈਕਸਟ ਜਿਹੜੇ ਸਾਡੇ ਬਹੁਤ ਹੀ ਬਿਊਟੀਫੁਲ ਆ ਗਏ ਜੀ, ਰਗਨੀ ਜੀ। ਹਾਂਜੀ, ਐਸੀ ਐਕਟਰੈਸ ਜਿਹੜੀ ਕਿ ਇੱਕ ਮਿਸਾਲ ਹੈ, ਬੋਲਡ ਐਂਡ ਬਿਊਟੀਫੁਲ ਐਂਡ ਹੌਟ ਸੀਨਸ ਦੇ ਲਈ ਉਹ ਸਾਊਥ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਜਿਹੜਾ ਉਹ ਚਰਚਿਤ ਰਹਿੰਦੇ ਨੇ। ਜੀ ਹਾਂ, ਰਾਗਨੀ ਦਿਵੇਦੀ, ਜ਼ੋਰਦਾਰ ਤਾੜੀਆਂ ਦੇ ਨਾਲ ਰਾਗਨੀ ਦਿਵੇਦੀ ਜੀ, ਵਾਓ, ਵੰਡਰਫੁਲ। ਸੋ ਇਹ ਉਨੇ ਹੀ ਖੂਬਸੂਰਤ ਨੇ ਜਿੰਨੇ ਪੋਸਟਰ ਵਿੱਚ ਲੱਗ ਰਹੇ ਸੀ ਐਂਡ ਇੰਨੀਆਂ ਹੌਟ ਹੌਟ ਗਰਲਸ ਜਦੋਂ ਆ ਜਾਂਦੀਆਂ ਨੇ ਸਟੇਜ 'ਤੇ ਅਤੇ ਫਿਰ ਮਾਹੌਲ ਵੀ ਗਰਮ ਹੋ ਜਾਂਦਾ। ਠੰਡ ਤਾਂ ਖੈਰ ਹਲੀ ਆਈ ਨਹੀਂ, ਪਰ ਅੱਜ ਮੌਸਮ ਠੰਡਾ ਸੀ। ਸੋ ਬਹੁਤ ਬਹੁਤ ਸ਼ੁਕਰੀਆ ਐਂਡ ਸਪੈਸ਼ਲੀ ਪਰਮਿੰਦਰ ਜੀ ਐਂਡ ਜਸਵਿੰਦਰ। ਇਹ ਜਸਵਿੰਦਰ ਜੀ ਦਾ ਨਾਮ ਮੈਨੂੰ ਹਮੇਸ਼ਾ ਭੁੱਲਦਾ, ਐਕਚੁਅਲੀ ਪੇਮੈਂਟ ਇੱਧਰੋਂ ਨਹੀਂ ਨਾ ਆਉਂਦੀ, ਅੱਗੇ ਤੋਂ ਪੇਮੈਂਟ ਤੁਸੀਂ ਮੈਨੂੰ ਦੇਣੀ ਹੈ। ਅੱਛਾ, ਸਾਈਨ ਤੁਹਾਡੇ ਚੱਲਦੇ ਨੇ? ਨਹੀਂ, ਅੱਛਾ, ਚਲੋ ਠੀਕ ਹੈ, ਚਲੋ ਜਸਵਿੰਦਰ ਜੀ, ਹੁਣ ਨਾਮ ਨਹੀਂ ਭੁੱਲਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਐਂਡ ਸਾਡੇ ਕੋਲ ਇੱਕ ਹੋਰ ਗੈਸਟ ਨੇ ਜਿਹੜੇ ਕਿ ਜਦੋਂ ਵੀ ਮੈਂ ਨਾ ਉਹਨਾਂ ਦੀ ਐਕਚੁਅਲੀ ਉਹਨਾਂ ਨੂੰ ਆ ਹੀ ਲੈਣ ਦਿਓ, ਫਿਰ ਮੈਂ ਉਹਨਾਂ ਦੇ ਬਾਰੇ 'ਚ ਦੱਸਾਂਗੀ। ਇੱਕ ਵਾਰ ਜ਼ੋਰਦਾਰ ਤਾੜੀਆਂ, ਸਾਡੇ ਬਾਲੀਵੁੱਡ ਅਤੇ ਬਾਲੀਵੁੱਡ ਦੇ ਸਟਾਰ ਨੇ, ਸਿੰਗਰ ਵੀ ਨੇ, ਪਰਮਵੀਰ ਜੀ, ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ, ਪਰਮ ਜੀ ਲਈ, ਕਿਉਂਕਿ ਇੰਨਾ ਹੈਂਡਸਮ ਮੁੰਡਾ, ਮੈਂ ਇਹਦੀ ਫੈਨ ਹਾਂ। ਉਹ ਇਸ ਲਈ ਮੈਂ ਦੱਸਦੀ ਕਿਉਂ, ਪਰ ਜਿਹੜਾ ਇਹ
चैनल देख रहा होंदा ना जिहड़ा कोई मेरा फैन होया उन्ने आज तो बाद मैनू नहीं पसंद करना उन्ने मैनू ब्लॉक कर देना जे क्योंकि परम जी मैं तुहाडी फैन पता क्यों हां क्योंकि तुसी ना हर उस प्रोग्राम च पहुंचदे हो जिथे सोहणिया सोहणिया कुड़ियां होंदियां ने क्योंकि खूबसूरती नू जिहड़ा है ओहदी प्रेज करन लई वी तां कोई होना चाहीदा है ना सो असीं उस चीज़ दे लई तुहाडे लई दाद दिंदे हां कि तुसी खूबसूरती दा जिहड़ा है ओह बहुत ही जिहड़ा है ओह आदर सत्कार करदे हो रिस्पैक्ट दिंदे हो उहनां नू यस यस श्योर 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 कुछ मेरी तारीफ च कुछ होर कह रहे ने प्लीज हां जी बॉलीवुड दे सलमान खान खैर थैंक यू सो मच जड़े खड़े स्टेज दे उत्ते मेरी इन्नी तारीफ कर रहे ने और परमिंदर जी जसविंदर जी और उन्हां दे मिसेस और एंटायर टीम एंड चहल जी और रागिनी जी बलजीत जी और तुहाडा नाम पता है एंड स्पैशल जसविंदर जी इन्हां दा नाम मैं कदे नहीं भुलदा क्योंकि मैं एक बारी इन्हों का नाम भुल गया सी इन्हें ने मैंने पेमेंट नहीं दी फिर मैंने ता करके याद रहा इन्हों का नाम सो इधर मेरे ब्रदर परमिंदर जी के छोटे ब्रदर एंड थैंक यू सो मच तुसी सारे जाने इत्थे आए शो वेखन और 9 to 9 इंटरटेनमेंट तो ऑलवेज जिंदाबाद है जिंदाबाद रहेगा एंड थैंक्स मीडिया अपना फास्ट वे जो ये कवरेज कर रहे हैं एंड कोशिश करांगे तुहानू अच्छा इंटरटेनमेंट भी करिए और साडे जिन्ने भी पार्टिसिपेंट्स ने बहुत ही खूबसूरत ने और वैसे भी इत्थे मैं विच आ जा मैं एक सेकंड मैडम अब मैं छोटा ज्यादा नहीं लगता वैसे एक बार मेरे नाँ ते तालियां मार दो कि पंजाबी मुंडा इस तरह का हैगा कि जिहड़ा इन्हां दो लंबियां लंबियां कुड़ियों के खड़े एन अबव है तुसीं तां अबव ऑल हो ही ना क्योंकि तुहाडे सिर ते तां ताज सजा होया सारयां दे उत्ते मेरे सिर ते ताज नहीं हैगा एंड अच्छा थैंक यू सो मच एंड बलजीत जी थैंक यू सो मच क्योंकि मैं एक गल इन वास्ते कहना चाहवागा जिहड़े बंदे आप खूबसूरत होंदे ना रूह तो दिल तो उन्हां नूं हर चीज़ ही खूबसूरत लगती होंदी है शुक्रिया तुहाडा बहुत बहुत शुक्रिया थैंक यू सो मच हुण तुहानूं पता चल गया कि मैं क्यों इन्हां दी फैन सी सो जरूरी नहीं कि बंदे माड़े होंदे ने सारे बंदे चंगे भी होंदे ने क्योंकि जिन्हां दे बंदे चंगे ने इसे करके तां जो रैंप ते चलन गियां सो थैंक यू सो मच ए अज ओ सामने सिंघासन जिहड़ा है ओ उत्ते जा सकदे ने और सब तो पहला मैं चाहवांगी कि इस तो पहले उत्थे जान एंड महक चाल जी ने एक बाइट दित्ती सी मिसिज पंजाब दे उत्ते शायद तुसी सारयां ने देखी होनी है इन्हां ने एक गल कही सी कि मैं बहुत एक्साइटेड हाँ ते असी ये पूछना चाहवांगे कि हुण तुसी ये दसो भी मिसिज पंजाब दे इस जगह ते लुधियाने ते आके तुहानूं किस तरह दा लग रहा है सब तो पहला तो मैं कहना चाहनी हाँ सत श्री अकाल हैलो फ्रेंड्स हाउ आर यू सॉरी इस गल दे कि मेरी पंजाबी थोड़ी टुटी फुटी हैगी है नॉट बिकॉज कि मैंने पंजाबी ठीक तरह नहीं आती है मेरी मैं जम्मे पली नॉर्वे दी हाँ लेकिन बॉम्बे 18 साल हो गए मैं तो कोई हैगा ही नहीं जो मैं पंजाबी गल करती हूँ उत्थे पंजाबी भी आते हो वह भी पंजाबी गल नहीं करते वह भी हिंदी गल करते तो सॉरी जे अगर मेरी ग्रामर या थोड़ी जी प्रॉब्लम है पर मैं एक्साइटेड इसलिए हूँ क्योंकि बीइंग मैरिड फॉर अ वुमन एक बहुत बड़ी बात होती है बहुत बड़ी बात होती है और हमारे देश में और बाहर भी जैसे लंदन हो या अमेरिका हो या ऑस्ट्रेलिया ज़्यादातर ये होता है कि जब इंसान लड़की की शादी हो जाती है तो ऐसा होता है कि चलो अभी बस यू नो बट इसका मतलब ये नहीं होता है कि वो खूबसूरत नहीं होती है इसका मतलब ये नहीं होता है कि उसमें कला नहीं होती है उसमें टैलेंट नहीं होता है शी इज़ इनफैक्ट ज़्यादा टैलेंट होती है वो घर भी संभालती है हस्बैंड को भी संभालती है बच्चे को भी संभालती है और सोसाइटी को भी संभालती है और इस चीज़ को सपोर्ट करने में मैं बहुत ज़्यादा प्राउड हूँ एंड स्पेशली एज अ सरदारनी पंजाबी वी आर वेरी स्ट्रांग वुमेन तो असी बहुत ज़्यादा प्राउड होंगे हैं एंड दैट्स वाई मैं बहुत ज़्यादा एक्साइटेड हूँ कि आप सारे ने मैंने इतना आज बुलाया एंड आई एम अ पार्ट ऑफ दिस एंड थैंक यू जी परविंदर जी तुसी बुलाया सानू थैंक यू एंड रागिनी जी की आवाज़ भी असी सुनने लई तरस रहे हैं क्योंकि इन्होंने कहा लुधियाने नाल कोई इन्हों का पुराना रिश्ता है सो अज वो राज खोल ही दईए कि की रिश्ता है रागिनी जी सत श्री अकाल आई थिंक आपकी जितनी पंजाबी जितनी अच्छी है मेरी तो एक लाइन भी नहीं आती मुझे पंजाबी की और मेरे पापा और मेरी मम्मा दोनों ही पंजाब से हैं और लुधियाना से और पटियाला से हैं सो और मेरे सारे रिलेटिव्स यहाँ से हैं बट जैसे मैम ने बोला कि आई थिंक सारी लाइफ बिकॉज मेरे पापा इन्फेंट्री में थे तो सारी लाइफ अलग अलग जगहों पे बीत गए और ऑलमोस्ट 11 साल साउथ में बीत गए
and 9 years film industry mein bit gaye. So I hope ki aage aate hue time mein Punjabi seekhne ko aur bolne ko mile. So I think special welcome. Bas sat sri akal bolna chahungi bahut pyar se apne dil se aap sab logon ko. 9 to 9 entertainment. एक्चुअल में पता नहीं मैं स्टेज पे एक्चुअल में क्या कर रही हूँ, बिकॉज मुझे ना शादी का एक्सपीरियंस है ना तो अभी इस टाइम में बॉयफ्रेंड का एक्सपीरियंस है. सो मेरे हिसाब से जब मुझे फ़ोन कॉल आया इस पेजेंट के बारे में, एक चीज़ बहुत स्पेशल लगी, बिकॉज आप लाइक मैम ने बोला कि सारी लेडीज़ अपने अपने तरीके में बहुत ज़्यादा स्पेशल होती हैं. हर किसी को एक टाइम के बाद एक अपॉर्चुनिटी आई थिंक रिस्ट्रेन हो जाती है और उसके बाद में शायद नहीं भी मिलती हैं और या तो स्टॉप हो जाती हैं. नॉट बिकॉज लोग उनको कहते हैं कि मत कीजिए, बट देन एज अ वुमन हम लोग की रिस्पॉन्सिबिलिटीज़ बहुत ज़्यादा बढ़ जाती हैं आफ्टर मैरिज या रिस्पॉन्सिबिलिटीज़ आने के बाद में. फैमिली, मैंने अपनी मॉम को देखा है, पूरी लाइफ इतना स्ट्रगल किया है उन्होंने हमें रेज करने में, घर संभालने में, काम करने में. तो उनको शायद अगर ऐसी अपॉर्चुनिटी मिली होती तो आई थिंक जंप करके, आई थिंक पहले जब मेरे को फ़ोन कॉल आया था मैंने अपनी मॉम को बोला कि आपने क्यों पार्टिसिपेट नहीं किया, आप भी पंजाबी हो, क्या हो गया, इफ यू आर 50 इयर्स ओल्ड इट डजंट मैटर, एज तो इज जस्ट अ नंबर, एनीबडी कैन पार्टिसिपेट. आई थिंक इस पेजेंट का स्पिरिट ये एक चीज़ कहता है कि आपकी जो भी एज हो, आप जिस भी फील्ड से आए हों, आप जिस भी फैमिली से हों, ब्यूटी की कोई डेफिनेशन नहीं होती. और अगर अपने आप अपने लाइफ में कुछ अचीव करना चाहते हैं, आपके कोई ड्रीम्स हैं, डिज़ायर्स हैं, जस्ट बिकॉज एक टर्म डेफिनेशन आ गई है कि आपकी शादी हो गई है, उस चीज़ से आपका लाइफ स्टॉप नहीं होना चाहिए, आपका करियर एम्बिशन स्टॉप नहीं होना चाहिए. तो आई थिंक वन सिंपल आइडिया पे ये पेजेंट बेस्ड हुआ है, एंड इस इनोवेटिव आइडिया को प्लीज़ एक बार ज़ोरदार तालियों से प्लीज़ अप्रिशिएट कीजिए. बिकॉज मैं जिस जगह से आती हूँ, मैं 4 लैंग्वेजेस में काम कर रही हूँ साउथ में, हमारे 4 स्टेट्स में वहाँ पे ऐसे पेजेंट नहीं हो रहे हैं अभी. तो आई थिंक हम वैसे भी पंजाबी हमेशा फर्स्ट ही होते हैं हर चीज़ में. तो आई थिंक हम यहाँ से जो ट्रेंड स्टार्ट करते हैं सब जगह फॉलो करते हैं लोग, और अब जाते वैसे भी पंजाबी डोमिनेट कर ही रहे हैं इंडिया को और वर्ल्ड को. तो आई होप दैट इस पेजेंट के थ्रू साउथ के लोग भी थोड़ी सी इंस्पिरेशन लें. जैसे साउथ और नॉर्थ का बहुत अच्छा ब्लेंड चल रहा है आजकल हर चीज़ में, आई होप इस पेजेंट के थ्रू हर कोई इंस्पिरेशन ले. एंड 9 to 9 एंटरटेनमेंट और आपसे इंस्पिरेशन लें कि रियली इन लोग आई थिंक इन लोगों का बहुत ही एक स्ट्रॉन्ग स्टेप लिया था इन लोगों ने ऐसा पेजेंट करने के लिए. सो हैट्स ऑफ आप लोगों को एंड कॉन्ग्रेचुलेशंस हर एक उस लेडी को जिन्होंने पार्टिसिपेट किया, जो सेलेक्ट हुई हैं, नहीं सेलेक्ट हुई हैं, जो आज जीतेंगी, नहीं भी जीतेंगी. आई थिंक आप लोग सब अपने अपने लेवल पर बहुत ही ज़्यादा अमेजिंग हैं. थैंक यू जी, थैंक यू सो मच. एंड तुसी हुण जा सकते हो अपने अपने सिंघासन ते. ओ माय गुडनेस, थैंक यू. कोई गाना भी चला देना सी साउंड सिस्टम वाले हो, इन्हां नूं देखो मैनर्स ही नहीं हैगे. कहते खुदा ने एक सुन यार बंद कर, साउंड दी गोल नहीं सी, आ भी बहुत साउंड हो. खुदा ने नसीब वालों को हुस्न दिया, खुदा ने नसीब वालों को हुस्न दिया, हिजाब दिया, थोड़ी सी हया दी, थोड़ा शबाब दिया, बेपनाह मोहब्बत का है ये तोहफा, बेपनाह मोहब्बत का है ये तोहफा, चाहने वालों ने इसे नाम गुलाब दिया. Thank you so much. Thank you. Love you. जी बिल्कुल, इन्नी खूबसूरती दे नाल गुलाब दिता, मैनू अज तक किसी ने नहीं दिता. पहली बारी मैनू गुलाब मिलिया, एक बारी खालसा कॉलेज एक स्टूडेंट ने दिता सीगा, क्योंकि उत्थे मैं शो किया सी, पर वो तो फिर छोटा सी ना बेचारा. तो लो जी, साढ़े कोल होर भी बड़े खासम खास मेहमान ने, उन्होंने भी असी थोड़े रूबरू करते हैं. पवन चोपड़ा जी स्पेशल गेस्ट, जो कि फादर ऑफ परिणीति चोपड़ा ने, बॉलीवुड च परिणीति चोपड़ा ने तो सारे असी जानते हैं. सो एक बार जोरदार ताड़ियाँ पवन चोपड़ा जी लई जी, बहुत बहुत मुबारक है जी. थैंक यू सो मच सर. नो, देखो जी कहंदे जी परिणीति एक्चुअल च ना स्पेशल जिहड़ी इंट्रोडक्शन हुंदी है ना, वो यही हुंदी है जदों तुहाडे बच्चे वड्डे हो जाण ते लोग तुहाडे बच्चियां दे नाम नाल तुहानूं जानन. आई थिंक कि पवन चोपड़ा जी अज अपने आप च बहुत प्राउड फील कर रहे होणे, नहीं कर रहे? एक मिनट, तुसीं आप ही दसो फिर तुसीं किदां दा फील कर रहे हो. रियली आई एम फीलिंग प्राउड एंड ग्रेट
this moment is really precious for me. ਮੈਂ ਜਦੋਂ ਮੈਨੂੰ ਇਹ ਇਨਵੀਟੇਸ਼ਨ ਆਇਆ ਪਰਮਿੰਦਰ ਜੀ ਨਾਲ ਬਹੁਤ ਪੁਰਾਣੀ ਰਿਸ਼ਤੇਦਾਰੀ ਚੱਲੀ ਆ ਰਹੀ ਕਈ ਸਾਲਾਂ ਤੋਂ ਜਤਿੰਦਰ ਜੀ ਵੀ ਅਤੇ ਇਹਨਾਂ ਨੇ ਲਾਸਟ ਟਾਈਮ ਵੀ ਜਦੋਂ ਮੈਨੂੰ ਬੁਲਾਇਆ ਸੀ ਤਾਂ ਮੈਂ ਬਿਲਕੁਲ ਬਿਨਾਂ ਬੇਝਿਜਕ ਆਰਾਮ ਨਾਲ ਇੱਥੇ ਪਹੁੰਚ ਗਿਆ ਸੀ ਅਤੇ ਥੋੜ੍ਹੀ ਜਿਹੀ ਮੁਸ਼ਕਲ ਸੀ ਇੱਕ ਇਹਨਾਂ ਦਿਨਾਂ 'ਚ ਅਤੇ ਇਸ ਵਾਸਤੇ ਮੈਂ ਅੰਬਾਲਾ ਇਹਨਾਂ ਨੂੰ ਨਹੀਂ ਮਿਲ ਸਕਿਆ ਆਈ ਵਾਜ਼ ਆਊਟ ਆਫ ਕੰਟਰੀ ਅਤੇ ਬੱਚਿਆਂ ਨੇ ਕੋਈ ਸ਼ੱਕ ਨਹੀਂ ਜੀ ਬੜਾ ਮਾਣ ਕੀਤਾ ਸਾਡੇ ਪਰਿਵਾਰ ਦਾ ਬੜਾ ਨਾਂ ਉੱਚਾ ਕੀਤਾ ਦੋਨੋਂ ਬੱਚਿਆਂ ਨੇ ਪਰਿਣੀਤੀ ਨੇ ਵੀ ਔਰ ਪ੍ਰਿਯੰਕਾ ਨੇ ਵੀ ਜਿਹਦੀ ਵਜ੍ਹਾ ਨਾਲ ਸਾਡਾ ਪਰਿਵਾਰ ਹੁਣ ਜਾਣਿਆ ਜਾਂਦਾ ਹੈ ਸਾਡੀ ਆਪਣੀ ਜਿਹੜੀ ਜੋ ਵੀ ਛੋਟੀ ਮੋਟੀ ਯੋਗਦਾਨ ਹੈ ਮੇਰਾ ਜਾਂ ਭਾਈ ਸਾਹਿਬ ਦਾ ਮੈਂ ਇੱਕ ਛੋਟਾ ਜਿਹਾ ਵਪਾਰੀ ਹਾਂ ਮੇਰੇ ਭਾਈ ਸਾਹਿਬ ਰਹੇ ਆਰਮੀ ਦੇ ਡਾਕਟਰ ਸਨ ਤੁਹਾਨੂੰ ਸਭ ਨੂੰ ਪਤਾ ਹੋਣਾ ਤੁਹਾਡੀ ਇੰਟਰੋਡਕਸ਼ਨ ਇੱਥੇ ਸਾਨੂੰ ਪਤਾ ਹੀ ਹੋਣਾ ਪ੍ਰਿਯੰਕਾ ਦੇ ਡੈਡੀ ਅਤੇ ਥੋੜ੍ਹਾ ਬਹੁਤ ਅਸੀਂ ਜਿਹੜੀ ਹਸਤਕਸ਼ੇਪ ਕੀਤਾ ਸੰਗੀਤ ਦੇ ਵਿੱਚ ਗਾਇਕੀ ਦੇ ਵਿੱਚ ਜਾਂ ਖੱਬੇ ਸੱਜੇ ਲਿਟਲ ਬਿਟ ਇਨ ਟੈਲੀਵਿਜ਼ਨ ਲਿਟਲ ਬਿਟ ਇਨ ਫਿਲਮਸ ਉਹ ਕਿਧਰੇ ਵੀ ਗਿਣਤੀ 'ਚ ਨਹੀਂ ਆਉਂਦਾ ਕਿਉਂਕਿ ਬੱਚਿਆਂ ਨੇ ਓਵਰ ਪਾਵਰ ਕਰਤਾ ਤਾਂ ਆਈ ਐਮ ਰੀਅਲੀ ਰੀਅਲੀ ਗ੍ਰੇਟਫੁਲ ਦੈਟ ਅੱਜ ਮੈਨੂੰ ਇੱਥੇ ਆਮੰਤ੍ਰਿਤ ਕੀਤਾ ਗਿਆ ਔਰ ਹਰ ਸਾਲ ਮੈਂ ਦੇਖ ਰਿਹਾ ਇਹਨਾਂ ਦਾ ਗ੍ਰੈਂਜਰ ਜਿਹੜਾ ਵੱਧ ਰਿਹਾ ਇਹਨਾਂ ਦਾ ਜਿਹੜਾ ਸਾਈਜ਼ ਹੈ ਇਸ ਪ੍ਰੋਗਰਾਮ ਦਾ ਬਹੁਤ ਉੱਚਾ ਹੁੰਦਾ ਜਾ ਰਿਹਾ ਅੱਜ ਕਿਧਰੇ ਵੀ ਇਸ ਪ੍ਰੋਗਰਾਮ ਦੇ ਬਾਰੇ ਨਾਂ ਲਿਆ ਜਾਏ ਹਰ ਇਹਦੇ 'ਚ ਪਾਰਟੀਸਪੇਟ ਕਰਨਾ ਚਾਹੁੰਦਾ ਹਰ ਬੰਦਾ ਔਰ ਇਹਦਾ ਜਿਹੜਾ ਮੈਂ ਇੱਕ ਵਾਰੀ ਫਿਰ ਰੱਬ ਕੋਲ ਪ੍ਰਾਰਥਨਾ ਕਰਾਂਗਾ ਕਿ ਆਉਣ ਵਾਲੇ ਸਾਲ ਦੇ ਵਿੱਚ ਨੈਚੁਰਲੀ ਤੁਸੀਂ ਜਾਣ ਲੱਗੋ ਮੈਨੂੰ ਪਤਾ ਲੱਗਾ ਇੰਟਰਨੈਸ਼ਨਲੀ ਯੂ ਆਰ ਗੋਇੰਗ ਟੂ ਡੂ ਦਿਸ ਪ੍ਰੋਗਰਾਮ ਔਰ ਮੈਂ ਚਾਹਾਂਗਾ ਕਿ ਇੰਟਰਨੈਸ਼ਨਲ ਦੇ ਵਿੱਚ ਇਸ ਗਰੁੱਪ ਦਾ ਨਾਂ ਹੋਏ 9 to 9 ਐਂਟਰਟੇਨਮੈਂਟ ਦਾ ਔਰ ਮੈਂ ਅੱਗੇ ਵਾਰ ਵਾਰ ਪ੍ਰਾਰਥਨਾ ਕਰਾਂਗਾ ਕਿ ਹੋਰ ਵੀ ਆਉਣ ਵਾਲੀ ਜਿਹੜੀਆਂ ਸ਼ਖਸੀਅਤਾਂ ਨੇ ਇਹਦੇ 'ਚ ਜ਼ਿਆਦਾ ਤੋਂ ਜ਼ਿਆਦਾ ਵੱਧ ਕੇ ਜੋੜੋ ਬਹੁਤ ਜੋੜ ਚੁੱਕੇ ਤੁਸੀਂ ਪ੍ਰਾਰਥਨਾ ਕਰਾਂਗੇ ਹੋਰ ਨਾਮੀ ਲੋਕ ਇਹਦੇ 'ਚ ਨਾਲ ਜੁੜਨ ਥੈਂਕ ਯੂ ਵੈਰੀ ਮੱਚ ਜੀ ਜੀ ਥੈਂਕ ਯੂ ਸੋ ਮੱਚ ਜੀ ਔਰ ਨੈਕਸਟ ਸਾਡੇ ਗੈਸਟ ਹੈ ਜਿਨ੍ਹਾਂ ਨੂੰ ਅਸੀਂ ਓਨਰ ਕਰਨਾ ਚਾਹੁੰਦੇ ਹਾਂ ਯਾਨੀ ਕਿ 9 to 9 ਐਂਟਰਟੇਨਮੈਂਟ ਤੋਂ ਪਰਮਿੰਦਰ ਜੀ ਐਂਡ ਜਸਵਿੰਦਰ ਜੀ ਉਹਨਾਂ ਦਾ ਨਾਮ ਹੈ ਜੀ ਪਰਮੋਧ ਪੱਬੀ ਜੀ ਜੋ ਕਿ ਬਹੁਤ ਹੀ ਬਿਹਤਰੀਨ ਅਦਾਕਾਰ ਨੇ ਐਂਡ ਪਰਮੋਧ ਜੀ ਅਕਸਰ ਅਸੀਂ ਇਹਨਾਂ ਨੂੰ ਮੂਵੀਜ਼ ਸੀਰੀਅਲਸ ਛੋਟੇ ਪਰਦੇ ਵੱਡੇ ਪਰਦੇ 'ਤੇ ਦੇਖਦੇ ਰਹਿੰਦੇ ਹਾਂ ਜੀ ਬਹੁਤ ਬਹੁਤ ਵੈਲਕਮ ਤੁਸੀਂ ਆਪਣਾ ਟਾਈਮ ਕੱਢਿਆ ਇੱਕ ਫੋਟੋ ਖਿਚਾ ਲਓ ਫਿਰ ਮੈਂ ਮਾਈਕ ਤੁਹਾਨੂੰ ਦਿੰਦੀ ਹਾਂ ਮਾਈਕ ਚੀਜ਼ ਹੀ ਇਹੋ ਜਿਹੀ ਹੈ ਵੀ ਹਰ ਕਿਸੇ ਦਾ ਦਿਲ ਕਰਦਾ ਇਹਦੇ ਵਿੱਚ ਬੋਲਣ ਨੂੰ ਅਤੇ ਮੇਰੇ ਵਰਗੇ ਦਾ ਤਾਂ ਦਿਲ ਹੀ ਨਹੀਂ ਕਰਦਾ ਇਹਨੂੰ ਛੱਡਣ ਨੂੰ ਮੈਂ ਸਿਰਫ ਇਸ ਲਈ ਬੋਲ ਰਿਹਾ ਕਿ ਅੱਗੇ ਇਸ ਤੋਂ ਬਾਅਦ ਇੰਟਰੋਡਕਸ਼ਨਸ ਥੋੜ੍ਹੀਆਂ ਛੋਟੀਆਂ ਕਰ ਦੇਣਾ ਬੰਦੇ ਬਹੁਤ ਵੇਟ ਕਰ ਰਹੇ ਹਨ ਔਰ ਪਵਨ ਜੀ ਬਾਰੇ ਮੈਂ ਦੱਸ ਦਿਆਂ ਪਵਨ ਜੀ ਨੋ ਡਾਊਟ ਪਰਨੀਤੀ ਜੀ ਕਰਕੇ ਔਰ ਪ੍ਰਿਯੰਕਾ ਜੀ ਕਰਕੇ ਤਾਂ ਹੈ ਹੀ ਹੈ ਔਰ ਇਹਨਾਂ ਦੀਆਂ ਆਪਣੀਆਂ 12 ਮਿਊਜ਼ਿਕ ਐਲਬਮਸ ਹੈ ਐਚ ਐਮ ਵੀ ਤੋਂ ਟੀ ਸੀਰੀਜ਼ ਤੋਂ ਐਂਡ ਹਿੰਦੁਸਤਾਨ ਦੀਆਂ ਸਾਰੀਆਂ ਸਟੇਜਿਸ ਸਾਰੇ ਆਡੀਟੋਰੀਅਮਸ ਤੋਂ ਗਾ ਚੁੱਕੇ ਨੇ ਔਰ ਅਸੀਂ ਇਕੱਠੇ ਮਿਲ ਕੇ ਜਿਹੜੀਆਂ ਪਿਕਚਰਸ ਬਣਾਈਆਂ ਉਹਨਾਂ ਦੇ ਵਿੱਚ ਐਜ਼ ਐਕਟਰ ਵੀ ਕੰਮ ਕਰ ਚੁੱਕੇ ਹੈ ਜਿਨ੍ਹਾਂ 'ਚ ਆਪਾਂ ਫਿਰ ਮਿਲਾਂਗੇ ਏਕ ਚਾਂਦ ਮੇਰਾ ਵੀ ਐਂਡ ਮੌਸਮ ਕੈਸੇ ਕੈਸੇ ਜਿਹੜਾ ਕਿ ਸਾਡੇ ਆਉਣ ਵਾਲੇ ਸੀਰੀਅਲਸ ਹੈਗੇ ਐਂਡ ਬਹੁਤ ਟੈਲੈਂਟਡ ਸਿੰਗਰ ਨੇ ਬਹੁਤ ਟੈਲੈਂਟਡ ਆਰਟਿਸਟ ਨੇ ਥੈਂਕ ਯੂ ਜੀ ਸਰ ਫਿਰ ਰੋਲ ਦਿਓਗੇ ਤਾਂ ਪਤਾ ਲੱਗੇਗਾ ਨਾ ਇੰਨਾ ਕੁਛ ਮੈਂ ਉਹੀ ਤਾਂ ਦੱਸ ਰਹੀ ਵੀ ਜੇ ਇੰਨਾ ਕੁਛ ਤੁਸੀਂ ਉਹਨਾਂ ਬਾਰੇ ਦੱਸਿਆ ਮੈਨੂੰ ਵੀ ਰੋਲ ਮਿਲੇਗਾ ਤਾਂ ਤਾਂ ਹੀ ਮੈਂ ਦੱਸ ਪਾਵਾਂਗੀ ਨਾ ਖੈਰ ਐਨੀਵੇਜ਼ ਐਂਡ ਨੈਕਸਟ ਸਾਡੇ ਸੁਖਵਿੰਦਰ ਸੁੱਖੀ ਜੀ ਪੰਜਾਬੀ ਸਿੰਗਰ ਜਿਹੜੇ ਲੋਕ ਗਾਇਕੀ ਦੇ ਵਿੱਚ ਇੱਕ ਫੋਕ ਸਿੰਗਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਜ਼ੋਰਦਾਰ ਤਾੜੀਆਂ ਸੁਖਵਿੰਦਰ ਸੁੱਖੀ ਜੀ ਸੁਰ ਸਰਤਾਜ ਦੇ ਵਿੱਚ ਅਸੀਂ ਕਾਫ਼ੀ ਇਹਨਾਂ ਦੇ ਨਾਲ ਅੱਡਾ ਫਾਇਆ ਲੈਂਦੇ ਰਹੇ ਸਾਨੂੰ ਅਮਰੂਦ ਬਹੁਤ ਖਵਾਉਂਦੇ ਸੀ ਜੀ ਆਪਣੇ ਬਾਗ 'ਚੋਂ ਸੋ ਸੁਖਵਿੰਦਰ ਸੁੱਖੀ ਜੀ ਆਪਣਾ ਬੰਦਾ ਹੋਵੇ ਨਾ ਤਾਂ ਫਾਇਦਾ ਹੋ ਜਾਂਦਾ ਜਿਵੇਂ ਕਿ ਹੁਣ ਪਵਨ ਚੋਪੜਾ ਜੀ ਦੀ ਇੰਟਰੋ ਜਿਹੜੀ ਸੀ ਉਹ ਪ੍ਰਮੋਦ ਜੀ ਨੇ ਦਿੱਤੀ ਸੀ ਆਪਣੀ ਘੱਟ ਦਿੱਤੀ ਸੀ ਸੋ ਬਹੁਤ